ਨਮਸਕਾਰ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ। ਇਸ ਵੇਲੇ ਦੀ ਵੱਡੀ ਖਬਰ ਤਾਂ ਦੱਸ ਰਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ ਕੀਤਾ ਗਿਆ ਹੈ, ਜਿਸ ਦੇ ਵਿੱਚ 10 ਜ਼ਿਲ੍ਹਿਆਂ ਦੇ DC ਤੇ 38 IS ਤੇ 1 PCS ਅਧਿਕਾਰੀ ਦੇ ਤਬਾਦਲੇ ਕੀਤੇ ਗਏ ਨੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ ਕੀਤਾ ਗਿਆ ਹੈ। ਲਗਾਤਾਰ ਭਗਵੰਤ ਮਾਨ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਦੇ ਫੇਰਬਦਲ ਜ਼ਰੂਰੀ ਨੇ। ਜੇਕਰ ਉਹ ਇੱਕ ਜਗ੍ਹਾ 'ਤੇ ਜ਼ਿਆਦਾ ਦੇਰ ਰਹਿ ਜਾਂਦੇ ਨੇ ਤਾਂ ਉੱਥੇ ਕਰਪਸ਼ਨ ਜਿਹੜਾ ਇਹ ਵਧਣ ਲੱਗ ਪੈਂਦਾ, ਜਿਸ ਕਰਕੇ ਲਗਾਤਾਰ ਭਗਵੰਤ ਮਾਨ ਸਰਕਾਰ ਵੱਲੋਂ ਫੇਰਬਦਲ ਕੀਤੇ ਜਾ ਰਹੇ ਨੇ। ਤਾਂ ਹੁਣ ਵੀ 10 ਜ਼ਿਲ੍ਹਿਆਂ ਦੇ DC ਸਮੇਤ 38 IS ਅਧਿਕਾਰੀ ਅਤੇ 1 PCS ਅਧਿਕਾਰੀ ਦੇ ਜਿਹੜੇ ਨੇ ਫੇਰਬਦਲ ਜਿਹੜੇ ਨੇ ਕੀਤੇ ਗਏ ਨੇ, ਟ੍ਰਾਂਸਫਰ ਜਿਹੜੇ ਕੀਤੇ ਗਏ ਨੇ। ਤਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਜਿਹੜੇ ਨੇ ਵਨੀਤ ਜੁੜ ਚੁੱਕੇ ਨੇ। ਜੀ ਵਨੀਤ, ਜਿਹੜੇ ਆ ਫੇਰਬਦਲ ਕੀਤੇ ਗਏ ਨੇ, ਇਸ ਨੂੰ ਲੈ ਕੇ ਤੁਹਾਡੀ ਕੀ ਜਾਣਕਾਰੀ ਹੈ? ਬਿਲਕੁਲ, ਦੇਖੋ ਅੱਜ ਪੰਜਾਬ ਦੇ ਵਿੱਚ ਇੱਕ ਵੱਡਾ ਪ੍ਰਸ਼ਾਸਨਿਕ ਫੇਰਬਦਲ ਹੋਇਆ ਜੀ, ਔਰ ਇਸ ਪ੍ਰਸ਼ਾਸਨਿਕ ਫੇਰਬਦਲ ਦੇ ਵਿੱਚ ਕਈ ਜ਼ਿਲ੍ਹਿਆਂ ਦੇ DC ਜਿਹੜੇ ਨੇ ਉਹ ਬਦਲੇ ਗਏ ਨੇ, ਕਈ ਜਿਹੜੇ ਮਿਊਂਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸੀ ਉਹ ਬਦਲੇ ਗਏ ਨੇ। ਇਸ ਤੋਂ ਇਲਾਵਾ ਅਗਰ ਅਸੀਂ ਫਾਈਨਾਂਸ ਕਮਿਸ਼ਨਰ ਦੀ ਗੱਲ ਕਰੀਏ, ਫਾਈਨਾਂਸ ਤੇ ਟੈਕਸੇਸ਼ਨ ਵਿਭਾਗ ਦੇ ਜਿਹੜੇ ਕਮਿਸ਼ਨਰ ਸੀ, ਐਡੀਸ਼ਨਲ ਚੀਫ ਸੈਕਟਰੀ ਸੀ ਜਿਹੜੇ, ਉਹਨਾਂ ਨੂੰ ਬਦਲ ਦਿੱਤਾ ਗਿਆ ਔਰ ਉਹਨਾਂ ਨੂੰ ਬਦਲ ਕੇ ਐਡੀਸ਼ਨਲ ਚੀਫ ਸੈਕਟਰੀ ਐਕਸਾਈਜ਼ ਡਿਪਾਰਟਮੈਂਟ ਲਾ ਦਿੱਤਾ ਗਿਆ, ਯਾਨੀ ਵਿਕਾਸ ਪ੍ਰਤਾਪ ਸਿੰਘ ਜਿਹੜੇ ਨੇ ਉਹਨਾਂ ਨੂੰ ਬਦਲ ਦਿੱਤਾ ਗਿਆ। ਇਸ ਦੇ ਨਾਲ ਹੀ ਅਲੋਕ ਸ਼ੇਖਰ ਜਿਹੜੇ ਨੇ ਉਹ ਬਦਲੇ ਗਏ ਨੇ, ਕ੍ਰਿਸ਼ਨ ਕੁਮਾਰ ਨੂੰ ਜਿਹੜੇ ਪ੍ਰਿੰਸੀਪਲ ਸੈਕਟਰੀ ਸੀ ਵਾਟਰ ਰਿਸੋਰਸਿਸ ਵਾਲੇ, ਉਹਨਾਂ ਨੂੰ ਐਡੀਸ਼ਨਲ ਚਾਰਜ ਦੇ ਦਿੱਤਾ ਹੈ ਫਾਈਨਾਂਸ ਕਮਿਸ਼ਨ ਦਾ। ਯਾਨੀ ਵੱਡਾ ਫੇਰਬਦਲ ਅੱਜ ਪੰਜਾਬ ਦੇ ਵਿੱਚ ਹੋਇਆ, ਜਿੱਥੇ ਇੱਕ ਪਾਸੇ ਕਈ ਜ਼ਿਲ੍ਹਿਆਂ ਦੇ DC ਜਿਹੜੇ ਨੇ ਉਹ ਬਦਲੇ ਗਏ ਨੇ, ਉੱਥੇ ਕਈ ਮਹਿਕਮਿਆਂ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਸੀ, ਐਡੀਸ਼ਨਲ ਸੈਕਟਰੀ ਸੀ, ਉਹਨਾਂ ਨੂੰ ਵੀ ਬਦਲਿਆ ਗਿਆ ਜੀ। ਜੀ, ਤਾਂ ਲਗਾਤਾਰ ਪੰਜਾਬ ਸਰਕਾਰ ਵੱਲੋਂ ਜਿਹੜੇ ਨੇ ਫੇਰਬਦਲ ਕੀਤੇ ਜਾ ਰਹੇ ਨੇ, ਆਖਿਰਕਾਰ ਕਿਉਂ ਅਤੇ ਕੀ ਰੀਜ਼ਨ ਕੀ ਹੈ? ਦੇਖੋ, ਅਗਰ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਦੋਂ ਵੀ ਭਗਵੰਤ ਮਾਨ ਸਰਕਾਰ ਆਈ ਹੈ ਤੇ ਭਗਵੰਤ ਮਾਨ ਸਰਕਾਰ ਦੀ ਆਹੀ ਕੋਸ਼ਿਸ਼ ਹੈ ਕਿ ਜਨਤਾ ਨੂੰ ਕਰਪਸ਼ਨ ਫਰੀ ਔਰ ਟਾਈਮ ਬੋਂਡ ਮੈਨਰਸ ਦੇ ਵਿੱਚ ਜਿਹੜਾ ਪ੍ਰਸ਼ਾਸਨਿਕ ਸੇਵਾਵਾਂ ਦਾ ਲਾਭ ਹੈ ਉਹ ਦਿੱਤਾ ਜਾਏ। ਇਸ ਨੂੰ ਲੈ ਕੇ ਲਗਾਤਾਰ ਵਿਭਾਗਾਂ ਦੀ ਕਾਰਜ ਪ੍ਰਣਾਲੀ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿੱਥੇ ਲੱਗਦਾ ਹੈ ਕਿ ਅਧਿਕਾਰੀਆਂ ਨੂੰ ਬਦਲਣ ਦੀ ਲੋੜ ਹੈ ਜਾਂ ਅਧਿਕਾਰੀ ਲੰਬੇ ਸਮਾਂ ਤੱਕ ਵਿਭਾਗ ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਨੂੰ ਬਦਲ ਕੇ ਦੂਜੇ ਮਹਿਕਮਿਆਂ ਦੇ ਨਾਲ ਜੋੜਿਆ ਜਾਂਦਾ ਹੈ, ਤਾਂ ਕਿ ਇੱਕ ਤੇ ਵਿਭਾਗਾਂ ਦੀ ਕਾਰਜਸ਼ੈਲੀ ਜਿਹੜੀ ਹੈ ਉਹ ਸੁਚਾਰੂ ਰੂਪ ਨਾਲ ਚੱਲਦੀ ਰਹੇ ਤੇ ਦੂਜਾ ਕਰਪਸ਼ਨ ਫਰੀ ਸਟੇਟ ਜਿਹੜੀ ਹੈ ਉਹ ਪ੍ਰੋਪਰ ਢੰਗ ਦੇ ਨਾਲ ਆਪਣੀ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆਏ। ਤੇ ਇਸ ਲਹਿਜ਼ੇ ਦੇ ਵਿੱਚ ਇਨ ਤਬਾਦਲਿਆਂ ਨੂੰ ਵੀ ਲੈ ਸਕਦੇ ਹਾਂ, ਹਾਲਾਂਕਿ ਸਰਕਾਰ ਇਸ ਨੂੰ ਜ਼ਰੂਰ ਰੂਟੀਨ ਪ੍ਰੋਸੈਸ ਦੱਸਦੀ ਹੈ, ਲੇਕਿਨ ਕਾਫੀ ਲਹਿਜ਼ੇ ਦੇ ਵਿੱਚ ਇਹ ਤਬਾਦਲੇ ਜਿਹੜੇ ਨੇ ਉਹ ਮਾਇਨੇ ਰੱਖਦੇ ਨੇ ਜੀ। ਜੀ, ਤਾਂ ਜਾਣਕਾਰੀ ਲਈ ਧੰਨਵਾਦ ਵਨੀਤ। ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਲਗਾਤਾਰ ਫੇਰਬਦਲ ਕੀਤੇ ਜਾ ਰਹੇ ਨੇ, ਟ੍ਰਾਂਸਫਰ ਜਿਹੜੇ ਨੇ ਉਹ IS ਅਧਿਕਾਰੀ ਦੀ ਗੱਲ ਕਰੀਏ, PCS ਅਧਿਕਾਰੀ ਦੀ ਕਰੀਏ ਤਾਂ ਲਗਾਤਾਰ ਕੀਤੇ ਜਾ ਰਹੇ। ਤਾਂ ਇਸ ਵਾਰ ਫਿਰ ਵੱਡਾ ਜਿਹੜਾ ਫੇਰਬਦਲ ਕੀਤਾ ਗਿਆ, ਜਿਸ ਦੇ ਵਿੱਚ 10 ਜ਼ਿਲ੍ਹਿਆਂ ਦੇ DC ਸਮੇਤ 38 ਜਿਹੜੇ ਨੇ IS ਅਧਿਕਾਰੀ ਅਤੇ 1 PCS ਅਧਿਕਾਰੀ ਦੇ ਟ੍ਰਾਂਸਫਰ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਗਏ ਨੇ, ਕਿਉਂਕਿ ਲਗਾਤਾਰ ਭਗਵੰਤ ਮਾਨ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਰਪਸ਼ਨ ਲਗਾਤਾਰ ਵੱਧ ਰਿਹਾ, ਜਿਸ ਕਰਕੇ ਕਰਪਸ਼ਨ ਨੂੰ ਠੱਲ ਪਾਉਣ ਲਈ ਫੇਰਬਦਲ ਜ਼ਰੂਰੀ ਹੈ, ਤਾਂ ਕਿ ਇੱਕ ਅਧਿਕਾਰੀ ਜੇਕਰ ਜ਼ਿਆਦਾ ਦੇਰ ਕਿੱਥੇ ਰੁਕ ਜਾਂਦਾ ਹੈ ਤਾਂ ਉੱਥੇ ਕਰਪਸ਼ਨ ਵਧਣ ਲੱਗ ਪੈਂਦਾ ਹੈ, ਜਿਸ ਕਰਕੇ ਟ੍ਰਾਂਸਫਰ ਜਿਹੜੇ ਨੇ ਤਬਾਦਲੇ ਜਿਹੜੇ ਨੇ ਉਹ ਜ਼ਰੂਰੀ ਨੇ। ਕਿ ਹੁਣ 38 ਜਿਹੜੇ ਨੇ IS ਅਧਿਕਾਰੀ ਅਤੇ 1 PCS ਅਤੇ 10 ਜ਼ਿਲ੍ਹਿਆਂ ਦੇ DC ਜਿਹੜੇ ਨੇ ਉਹ ਬਦਲੇ ਗਏ ਨੇ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।